बिस्मिल्लाहिर्रहमानिर्रहीम, अस्सलामु अलैकुम तमाम बहनों भाइयों, की हाल चाल है? उम्मीद करनी है तुम भी ठीक ठाक हो। सो अलहमदुल्ला अभी भी ठीक ठाक है। सारी दुआ हमेशा करने जितने भी लोग खुश आबाद रहो, हंसते रहो, मुस्कुराते रहो। जो कि बहन बीमार है, अल्लाह पाक उन्होंने सेहत तंदुरुस्त दे, उन्हें कारोबार बरकत रहमत फरमावे। जो कोई भी औलाद है, अल्लाह पाक उन्होंने औलाद फरमावे। जो कोई बहन बिरा परेशान है, अल्लाह पाक उन्होंने परेशानियों दूर फरमावे। ਰੋਟੀਆਂ ਦੁਪਹਿਰ ਨੂੰ ਬਣਾ ਲਵਾਂਗੇ। ਹੁਣ ਸੁਬਹ ਨਾਲ ਚਾਹ ਨਾਲ ਇੱਕ ਇੱਕ ਰੋਟੀ ਜਿਹੜੀ ਹੈਗੀ ਨਾ ਉਹ ਬੱਚਿਆਂ ਨੂੰ ਦੇ ਦੇਣੀ ਆ। ਫਿਰ ਦੁਪਹਿਰ ਨੂੰ ਕੋਈ ਨਾ ਸਾਲਨ ਬਣਾ ਲਵਾਂਗੇ, ਜੇ ਅਗਰ ਸਾਲਨ ਦੀ ਗੁੰਜਾਇਸ਼ ਨਾ ਹੋਈ ਤਾਂ ਫਿਰ ਮਿਰਚਾਂ ਕੋਈ ਬਣਾ ਲਵਾਂਗੇ। ਨਾਸ਼ਤਾ ਜਿਹੜਾ ਹੈਗਾ ਮੈਂ ਬੱਚਿਆਂ ਨੂੰ ਕਰਵਾ ਦਿੱਤਾ, ਅਤੇ ਨਾ ਸ਼ਾਜ਼ੀਆ ਨਾ ਅੱਜ ਰੋਂ ਚੁੱਕਣ ਵੀ ਨਹੀਂ ਗਈ, ਕਿਉਂਕਿ ਇਹਨਾਂ ਦੀ ਨਾ ਰਾਤ ਨੂੰ ਕੱਲ੍ਹ ਤਬੀਅਤ ਬਹੁਤ ਖਰਾਬ ਹੋ ਗਈ ਸੀ, ਉਲਟੀਆਂ ਖਾ ਰਹੀ ਸੀ, ਨਾ ਪੇਟ ਵਿੱਚ ਬਹੁਤ ਜ਼ਿਆਦਾ ਨਾ ਦਰਦ ਹੈਗੀ, ਅਤੇ ਤਾਂ ਵਾਸਤੇ ਨਾ ਰੋਂ ਚੁੱਕਣ ਨਹੀਂ ਗਈ। ਇੱਕ ਨਾ ਮੌਸਮ ਜਿਹੜਾ ਹੈਗਾ ਨਾ ਉਹ ਵੀ ਬਹੁਤ ਜ਼ਿਆਦਾ ਖਰਾਬ ਹੋਇਆ ਖਲੈ, ਅਤੇ ਨਾ ਹਨੇਰ ਵੀ ਗੁੱਲਿਆ ਖਲੈ ਆਉਂਦੀ, ਅਤੇ ਨਾ ਬੱਦਲ ਜਿਹੜੀ ਬਾਰਿਸ਼ ਦਾ ਮੌਸਮ ਵੀ ਬਣਿਆ ਖਲੈ, ਜਿਹੜੀ ਅਸੀਂ ਬੈਠੀ ਸਹੀ ਖਾ ਖਲੈ ਆਉਂਦੀ ਸੀ, ਨਾ ਸਾਡੇ ਨਾਲ ਫਿਰ ਬੈਠੀ ਵੀ ਖਰਾਬ ਹੋ ਗਈ, ਰਾਤ ਨੂੰ ਪੱਖਾ ਵੀ ਸੜਨ ਨਹੀਂ ਚੱਲਿਆ, ਅਤੇ ਨਾ ਅੱਜ ਉਹ ਬੈਟਰੀ ਜਿਹੜੀ ਹੈਗੀ ਨਾ ਉਹ ਵੀ ਸਹੀ ਕਰਵਾਉਣੀ ਹੈਗੀ। ਸ਼ਾਜ਼ੀਆ ਵਾਸਤੇ ਮੈਂ ਦਵਾਈ ਲੈ ਆਉਂਦੀ ਸੀ, ਅਤੇ ਨਾ ਉਹਨਾਂ ਨੇ ਕਿਹਾ ਸੀ ਵੀ ਇਹ ਗਰਮ ਪਾਣੀ ਕਰਕੇ ਅਤੇ ਇਹਦੇ ਵਿੱਚ ਪਾਉਣਾ ਹੈ, ਕਿਉਂਕਿ ਸੁੱਕਾ ਇਹਦੇ ਵਿੱਚ ਪਾਊਡਰ ਹੈਗਾ, ਅਤੇ ਪੇਟ ਦੇ ਵਿੱਚ ਨਾ ਬਹੁਤ ਜ਼ਿਆਦਾ ਦਰਦ ਹੈਗੀ। ਇਹਨੂੰ ਬੋਤਲ ਵੀ ਲੈ ਕੇ ਦਿੱਤੀ ਇਹਨੂੰ, ਲੇਕਿਨ ਨਾ ਨਹੀਂ ਆਰਾਮ ਆਇਆ, ਕਿਉਂਕਿ ਨਾ ਜ਼ਿਆਦਾ ਸਬਜ਼ੀ ਤਾਂ ਨਹੀਂ ਲਈ, ਨਾ ਇੰਨੀ ਸਬਜ਼ੀ ਜਿਹੜੀ ਹੈਗੀ ਨਾ ਸਾਨੂੰ ਬੜੀ ਹੈਗੀ, ਬੱਚਿਆਂ ਨੇ ਜਿਹੜੇ ਕੱਪੜੇ ਅੱਜ ਲਾਏ ਨਾ ਉਹ ਦਵਾਈ ਜਿਹੜੀ ਹੈਗੀ ਸੁਬਹ ਨਾਲ ਮੌਸਮ ਖਰਾਬ ਹੋ ਗਏ, ਲੇਕਿਨ ਉਹਨਾਂ ਨਾਲ ਮੌਸਮ ਸਾਫ਼ ਹੋ ਗਿਆ। ਹਾਂਜੀ, ਅਤੇ ਨਾ ਆਹ ਵੀ ਜਿਹੜੀ ਹੈਗੀ ਉਹ ਮੈਂ ਬਾਹਰ ਲਈ, ਜਿਹੜੀ ਭਿੰਡੀ ਹੈਗੀ ਨਾ ਉਹ ਮੈਂ ਜਿਹੜੀ ਭਿੰਡੀ ਹੈਗੀ ਨਾ ਫਰਾਈ ਹੋ ਰਹੀ ਹੈ।
ਜਿਹੜਾ ਹੈਗਾ ਨਹੀਂ ਮੈਂ ਕੋਲ ਕੱਢ ਲਈਆਂ ਅਤੇ ਰੋਟੀਆਂ ਜਿਹੜੀਆਂ ਹੈਗੀਆਂ ਮੈਂ ਤੰਦੂਰ 'ਤੇ ਮੈਂ ਬਣਾ ਕੇ ਰੱਖ ਲਈਆਂ ਨੇ ਅਤੇ ਹੁਣ ਨਾ ਸਾਲਨ ਜਿਹੜਾ ਹੈਗਾ ਨਾ ਮੈਂ ਬਣਾ ਲੈਂਦੀ ਹਾਂ ਮੈਂ ਭਿੰਡੀਆਂ ਦਾ ਕਿਉਂਕਿ ਨਾ ਆਗ ਬਾਅਦ ਉੱਤੇ ਭਿੰਡੀ ਫਰਾਈ ਹੋ ਰਹੀ ਫਿਰ ਨਾ ਵਿੱਚ ਪਿਆਜ਼ ਪਾਏ ਨਾ ਫਿਰ ਲੇਸ ਜਿਹੜੀ ਹੈਗੀ ਨਾ ਉਹ ਬੀਜ ਭਿੰਡੀ ਦੀ ਨਾ ਖਤਮ ਹੋ ਜਾਂਦੀ ਅਤੇ ਤਾਂ ਵਾਸਤੇ ਮੈਂ ਪਹਿਲੇ ਮੈਂ ਭਿੰਡੀ ਜਿਹੜੀ ਹੈਗੀ ਨਾ ਉਹ ਫਰਾਈ ਕਰ ਲੈਂਦੀ ਹਾਂ ਅਤੇ ਬਾਅਦ ਵਿੱਚ ਨਾ ਪਿਆਜ਼ ਕੱਟ ਲੈਂਦੀ ਹਾਂ ਅਤੇ ਮੈਂ ਹਲਦੀ ਵੀ ਲੈ ਆਉਂਦੀ ਅਤੇ ਮਿਰਚਾਂ ਵੀ ਕਿਉਂਕਿ ਹਲਦੀ ਵਾਸਤੇ ਨਾ ਡੱਬਾ ਨਹੀਂ ਹੈਗਾ ਹਲਦੀ ਸ਼ੋਪਰ 'ਚ ਪਈ ਅਤੇ ਨਾ ਨਮਕ ਵੀ ਡੱਬੇ ਵਿੱਚ ਹੈਗਾ ਜੀ ਅਤੇ ਨਾ ਮੈਂ ਜਿਹੜਾ ਸਾਲਣ ਹੈਗਾ ਨਾ ਵਿੱਚ ਨਮਕ ਮਿਰਚ ਪਾ ਦਿੱਤੀ ਅਤੇ ਨਾ ਗਰਮੀ ਜਿਹੜੀ ਹੈਗੀ ਨਾ ਬਹੁਤ ਹੀ ਜ਼ਿਆਦਾ ਹੈਗੀ ਪਸੀਨਾ ਇੰਨਾ ਜ਼ਿਆਦਾ ਆਇਆ ਖੜਨ ਅਤੇ ਛਾਂ ਨਹੀਂ ਹੈਗੀ ਜਿੱਥੇ ਨਾ ਚੁੱਲ੍ਹਾ ਰੱਖ ਕੇ ਅਸੀਂ ਨਾ ਰੋਟੀ ਸਾਲਣ ਬਣਾ ਲਿਆ ਕਰੀਏ ਨਾ ਹੁਣ ਦੋਪੀ ਹੈਗੀ ਸਾਡੇ ਕੋਲ ਨਾ ਜਿੱਥੇ ਬਣਾ ਰਹੇ ਹਾਂ ਨਾ ਵਿੱਚ ਮੈਂ ਨਮਕ ਮਿਰਚ ਜਿਹੜੀ ਹੈਗੀ ਨਾ ਸਾਲਣ ਦੇ ਪਾ ਦਿੱਤੀ ਪਿਆਜ਼ ਵੀ ਪਾ ਦਿੱਤੇ ਨੇ ਅਤੇ ਨਾ ਸਾਲਣ ਉਹਨੇ ਤਿਆਰ ਹੋ ਜਾਏਗੀ ਫਿਰ ਬੱਚਿਆਂ ਨੂੰ ਰੋਟੀਆਂ ਦੇ ਦੇਣਗੇ ਸਲੇਟਾਂ ਜਿਹੜੀਆਂ ਹੈਗੀਆਂ ਨੇ ਮੈਂ ਉੱਤੇ ਕਰ ਦਿੱਤੀਆਂ ਨੇ ਧੁੱਪ 'ਤੇ ਥੱਲੇ ਮੰਜੀ ਰੱਖ ਕੇ ਨਾ ਅਤੇ ਫਿਰ ਉਹ ਰੋਸ਼ਨੀ ਜਿਹੜੀ ਹੈਗੀ ਨਾ ਧੁੱਪ ਦਾ ਸੂਰਜ ਕਿਉਂਕਿ ਉਹ ਲੱਗ ਰਿਹਾ ਅਤੇ ਨਾ ਥੱਲੇ ਉਹਨਾਂ ਫਿਰ ਉਹਨਾਂ ਛਾਂ ਬਣ ਜਾਂਦੀ ਤਾਂ ਵਾਸਤੇ ਨਾ ਮੈਂ ਮੰਜੀ ਜਿਹੜੀ ਹੈਗੀ ਨਾ ਉਹ ਖੜ੍ਹੀ ਕਰਕੇ ਉੱਤੇ ਸਲੇਟਾਂ ਰੱਖ ਦਿੱਤੀਆਂ ਨੇ ਅਤੇ ਪੱਖਾ ਜਿਹੜਾ ਹੈਗਾ ਨਾ ਉਹ ਵੀ ਬੱਚਿਆਂ ਨੂੰ ਚਲਾ ਕੇ ਦੇ ਦਿੱਤਾ ਬੱਚੇ ਜਿਹੜੇ ਹੈਗੇ ਨੇ ਉਹ ਬੈਠੇ ਨੇ ਛਾਂ 'ਤੇ ਅਤੇ ਮੈਂ ਵੀ ਸਾਲਣ ਜਿਹੜਾ ਹੈਗਾ ਨਾ ਬਣਾ ਕੇ ਅਤੇ ਹੁਣ ਬੱਚਿਆਂ ਕੋਲ ਲੈ ਜਾਂਦੀ ਹਾਂ ਅਤੇ ਨਾਲ ਰੋਟੀ ਬੱਚੇ ਖਾ ਲੈਣਗੇ ਅਤੇ ਮੈਂ ਨਾ ਰੋਟੀਆਂ ਪਹਿਲੇ ਨਾ ਇਸ ਵਾਸਤੇ ਤੰਦੂਰ 'ਤੇ ਬਣਾ ਲਈਆਂ ਜਿਹੜੀ ਹੈਗੀ ਨਾ ਇਹ ਲੈ ਕੇ ਨਾ ਦੁੱਧ ਜਿਹੜੀ ਚਾਹ ਹੈਗੀ ਇਹ ਪੀ ਰਹੀ ਹਾਂ ਅਤੇ ਮੈਂ ਚਾਹ ਬਣਾਈ ਸੀ ਪੈਰ ਨੂੰ ਅਤੇ ਨਾ ਐਲਰਜੀ ਜਿਹੜੀ ਹੈਗੀ ਨਾ ਇਸ ਤਰ੍ਹਾਂ ਨਾ ਮੇਰੇ ਪੈਰਾਂ 'ਤੇ ਨਾ ਐਲਰਜੀ ਦੇ ਨਾ ਜ਼ਖਮ ਅਤੇ ਨਿਸ਼ਾਨ ਬਣ ਰਹੇ ਨੇ ਕਿਉਂਕਿ ਸਾਰੇ ਨਾ ਖੂਨ 'ਚ ਹੈਗੀ ਨਾ ਫਿਰ ਇਸ ਤਰ੍ਹਾਂ ਸਾਰੇ ਖਰਾਬ ਹੋ ਰਹੇ ਨੇ ਉਂਗਲ ਅਤੇ ਦਾਣਾ ਬਣ ਗਿਆ ਇਹ ਵਾਲੇ ਇਹ ਸਾਰੇ ਨਾ ਇਸ ਤਰ੍ਹਾਂ ਨਾ ਫਿਰ ਤੁਰਨ ਦੀ ਨਾ ਮੈਨੂੰ ਬਹੁਤ ਜ਼ਿਆਦਾ ਨਾ ਮੁਸ਼ਕਲ ਬਣ ਗਿਆ ਅਤੇ ਨਾ ਡਾਕਟਰ ਨੇ ਟਿਊਬ ਕੀਤੀ ਸੀ ਇਹਦੇ 'ਤੇ ਨਾ ਲਾਉਣ ਵਾਸਤੇ ਅਤੇ ਅੱਲਾ ਪਾਕ ਰਹਿਮਤ ਕਰੇ ਅਤੇ ਮੈਨੂੰ ਵੀ ਅੱਲਾ ਪਾਕ ਨੂੰ ਸ਼ਿਫਾ ਦੇਵੇ
ਕਿਉਂਕਿ ਮੈਂ ਆਪਣਾ ਬਹੁਤ ਬਿਮਾਰ ਹੈਗੀ, ਮੇਰੇ ਜਿਹੜਾ ਬਲੱਡ ਹੈਗਾ ਨਾ ਖੂਨ 'ਚ ਐਲਰਜੀ ਹੈਗੀ, ਮੇਰੇ ਨਾ ਖੂਨ ਦੇ ਵਿੱਚ ਐਲਰਜੀ ਹੈਗੀ, ਸਾਰਾ ਖੂਨ ਜਿਹੜਾ ਹੈਗਾ ਨਾ ਡਾਕਟਰ ਕਹਿੰਦੇ ਨੇ ਵੀ ਇਹ ਬਦਲਾ ਲਾ, ਠੀਕ ਹੈ ਟੀਕੇ ਲਵਾ, ਗਰੀਬ ਬੰਦੇ ਹੈਗੇ, ਮੈਂ ਕਿਹਾ ਇੰਨਾ ਖੂਨ ਜਿਹੜਾ ਹੈਗਾ ਨਾ ਕਿੱਥੋਂ ਅਸੀਂ ਅਗਲਾ ਕੱਢ ਕੇ ਅਤੇ ਨਵਾਂ ਲਵਾ ਸਕਦੇ ਹਾਂ। ਅੱਲਾ ਪਾਕ ਸ਼ਫਾ ਦੀ ਸੀ ਸਾਨੂੰ। ਉਮੀਦ ਕਰਨੀ ਅੱਜ ਦੀ ਵੀਡੀਓ ਮੇਰੇ ਭੈਣਾਂ ਭੀਰਾਂ ਨੂੰ ਸਾਡੀ ਜ਼ਰੂਰ ਪਸੰਦ ਆਈ ਹੈ, ਤੁਸੀਂ ਸਾਨੂੰ ਲਾਈਕ ਅਤੇ ਜ਼ਰੂਰ ਕਰਨਾ ਸਾਡੀ ਵੀਡੀਓ ਐਡ 'ਤੇ ਹੀ ਵੇਖੀ ਕਰੋ ਭੈਣਾਂ ਭਾਈਆਂ, ਕਿਉਂਕਿ ਗਰੀਬ ਦੀ ਹੈਲਪ ਹੋ ਜਾਂਦੀ, ਤੁਹਾਡੀ ਸਪੋਰਟ ਕੀਤੀ ਹੈ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਅੱਜ ਦੇ ਵਲਾਗ ਦੀ ਤੁਹਾਨੂੰ ਕੋਈ ਚਾਹੀਦੀ ਇੱਥੇ ਗਿਆ ਤਾਂ ਸੁਬਹ ਮਿਲਾਂਗੇ ਅੱਛੇ ਵੀ ਲੋਕ ਦੇ ਨਾਲ। ਅੱਲਾ ਹਾਫਿਜ਼।